ਸਾਡੀ ਜਿਹੜੀ ਤਿਆਰੀਆਂ ਨੇ ਉਹ ਕੰਪਲੀਟ ਹੈਗੀਆਂ ਅਤੇ ਇੱਥੇ 9 ਆਪਣੇ ਹਲਕੇ ਜਿਹੜੇ ਲੁਧਿਆਣਾ ਦੇ ਹੈਗੇ ਆ ਇੱਥੇ 8 ਹਲਕੇ ਦੀ PAU ਦੇ ਵਿੱਚ ਕਾਊਂਟਿੰਗ ਹੋ ਰਹੀ ਹੈ ਅਤੇ ਪੋਲੀਟੈਕਨਿਕ ਦੇ ਵਿੱਚ 1 ਹਲਕੇ ਗਿੱਲ ਦੀ ਹੋ ਰਹੀ ਹੈ ਇੱਥੇ ਅਸੀਂ ਸਾਰੇ ਇੰਤਜ਼ਾਮ ਕੀਤੇ ਹੋਏ ਹੈ ਪ੍ਰੋਪਰ ਕੋਰਡਨ ਜਿਹੜੀ 3 ਟੀਅਰ ਕੋਰਡਨ ਸਿਕਿਉਰਿਟੀ ਦੀ ਹੁੰਦੀ ਹੈ ਉਹ ਇੱਥੇ ਮੌਜੂਦ ਹੈ ਅਤੇ ਮੀਡੀਆ ਸੈਂਟਰ ਵੀ ਅਸੀਂ ਬਣਾ ਰੱਖਿਆ ਹੈਗਾ ਕਾਊਂਟਿੰਗ ਏਜੰਟਸ ਦੇ ਫੋਰਮ ਅਸੀਂ ਦੇ ਚੁੱਕੇ ਹੈਗੇ ਹੈ ਇਹਦੇ ਵਿੱਚ ਇੱਕ ਬਹੁਤ ਸਟ੍ਰਿਕਟ ਨਿਯਮ ਹੁੰਦੇ ਹੈ ਮੋਬਾਈਲ ਫੋਨਸ ਵਗੈਰਾ ਅਲਾਊਡ ਨਹੀਂ ਹੁੰਦੇ 100 meter ਪੈਰੀਫਰੀ ਤੋਂ ਬਾਹਰ ਹੀ ਉਹ ਮੋਬਾਈਲ ਫੋਨ ਦਾ ਸੈਂਟਰ ਜਿਹੜਾ ਇੱਕ ਸਪੈਸ਼ਲ ਬਣਾਇਆ ਜਾਏਗਾ ਕਿ ਜੇ ਕਿਸੇ ਨੇ ਯੂਜ਼ ਵੀ ਕਰਨਾ ਹੋਵੇ ਉਹ ਉੱਥੇ ਆ ਕੇ ਆਪਣਾ ਫੋਨ ਵਗੈਰਾ ਕਰ ਸਕਦੇ ਹੈਗੇ ਹੈ ਸਾਡੇ 43 ਕੈਂਡੀਡੇਟਸ ਹੋਣ ਕਾਰਨ ਜਿਹੜੇ ਸਾਡੇ ਟੇਬਲਸ ਲੱਗੇ ਆ ਉਹਨਾਂ ਨੇ ਇਸੇ ਤਰੀਕੇ ਨਾਲ ਲਗਾਏ ਹੈ ਕਿ ਹਰੇਕ ਜੇ ਏਜੰਟ ਇੱਕ ਟੇਬਲ 'ਤੇ ਇੱਕ ਏਜੰਟ ਉਹ ਅਪੁਆਇੰਟ ਕਰ ਸਕਦੇ ਹੈ ਤਾਂ ਜੇ ਉਹ ਕਰਦੇ ਹੈ ਤਾਂ ਉਹਨਾਂ ਕੋਲ ਸਫੀਸ਼ੀਐਂਟ ਸੀਟਿੰਗ ਹੈ ਸਮਰ ਅਤੇ ਇਹ ਜਿਹੜੀ ਗਰਮੀ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਕੂਲਿੰਗ ਦੇ ਅਤੇ ਸ਼ੇਡ ਦੇ ਵੀ ਪ੍ਰੋਪਰ ਪ੍ਰਬੰਧ ਕੀਤੇ ਹੋਏ ਹੈ ਸਿਕਿਉਰਿਟੀ ਪੱਖੋਂ ਐਵਰੀਥਿੰਗ ਇਜ਼ ਰੈਡੀ ਐਂਡ ਕੱਲ੍ਹ ਬਸ ਫਿਰ 8 ਵਜੇ ਜਿਹੜੀ ਹੈ ਸਾਡੀ ਕਾਊਂਟਿੰਗ ਸ਼ੁਰੂ ਹੋ ਜਾਏਗੀ ਅਤੇ ਪੋਸਟਲ ਬੈਲਟ ਦੀ ਵੀ ਜਿਹੜੀ ਕਾਊਂਟਿੰਗ ਹੈ ਉਹ ਇੱਥੇ ਹੀ ਹੋਊਗੀ ਉਹ ਵੀ ਅੰਡਰ ਪ੍ਰੋਪਰ ਗਾਰਡ ਐਂਡ ਸਿਕਿਉਰਿਟੀ ਇੱਥੇ ਪੋਸਟਲ ਬੈਲਟਸ ਜਿਹੜੇ ਨੇ ਉਹ ਸਵੇਰੇ ਹੀ ਲਾਏ ਜਾਣਗੇ ਜਿਹੜੀ ਕਾਊਂਟਿੰਗ ਦੇ ਵਿੱਚ ਸਟਾਫ ਹੈਗਾ 1000 ਦੇ ਕਰੀਬ ਲੱਗ ਰਿਹਾ ਹੈਗਾ ਸੋ ਅਰਾਊਂਡ 141 ਰਾਊਂਡਸ ਪੂਰੇ ਲੁਧਿਆਣੇ PC ਦੀ ਹੋਣਗੇ ਐਂਡ ਐਵਰੀਥਿੰਗ ਇਜ਼ ਰੈਡੀ ਹੁਣ ਬਸ ਕੱਲ੍ਹ ਅਸੀਂ 8 ਵਜੇ ਸ਼ੁਰੂ ਕਰ ਦਾਂਗੇ ਸਿਕਿਉਰਿਟੀ ਦਾ ਕਿਹੜੇ ਪ੍ਰਬੰਧ ਨੇ ਕਿਉਂਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰ ਵੀ ਆਉਂਦੇ ਨੇ ਅਸੀਂ ਐਕਚੁਅਲੀ ਜਦੋਂ ਸਟਰੋਂਗ ਰੂਮ ਸੀਲ ਕੀਤੇ ਉੱਥੇ CCTV ਕਵਰੇਜ ਚੱਲਦੀ ਹੈ 24 ਘੰਟੇ ਜਿਹੜਾ ਆਊਟਰ ਕੋਰਡਨ ਹੈ ਉਹਦੇ ਨੇੜੇ ਅਸੀਂ ਸਕਰੀਨਸ ਲਗਾ ਰੱਖੀਆਂ LED ਸਕਰੀਨਸ ਅਤੇ ਕੁਝ ਕੈਂਡੀਡੇਟਸ ਨੇ ਉਹ ਫੈਸਿਲਿਟੀ ਅਵੇਲ ਵੀ ਕੀਤੀ ਸੀਗੀ ਜੇ ਕਿਸੇ ਨੇ ਉਹ ਸਕਰੀਨਸ ਆ ਕੇ ਦੇਖਣੇ ਸੀਗੇ ਜਾਂ ਉੱਥੇ ਕੈਂਪ ਕਰਨਾ ਸੀਗਾ ਤਾਂ ਉਹਨਾਂ ਲਈ ਅਸੀਂ ਪ੍ਰੋਪਰ ਫੈਸਿਲਿਟੀ ਉੱਥੇ ਦਿੱਤੀ ਹੋਈ ਸੀਗੀ ਜਿਹੜੀ ਸਾਡੀ 3 layer ਸਿਕਿਉਰਿਟੀ ਲੱਗਦੀ ਹੈ ਇੱਕ CAPF ਦੀ ਲੱਗਦੀ ਹੈ ਇੱਕ ਸਟੇਟ ਆਰਮ ਦੀ ਲੱਗਦੀ ਹੈ ਅਤੇ ਇੱਕ ਡਿਸਟ੍ਰਿਕਟ ਪੁਲਿਸ ਲੱਗਦੀ ਹੈ ਉਹ ਲੱਗ ਚੁੱਕੀ ਹੈਗੀ ਹੈ ਆਲਰੇਡੀ ਜਿਹੜੀ ਸਾਡੀ EVMs ਨੇ ਉਹ ਜਿਸ ਰਾਤ ਉਹ ਵਾਪਸ ਆਈਆਂ ਸੀਗੀਆਂ ਉਸ ਦਿਨ ਤੋਂ ਹੀ ਸਾਡੀ ਸਿਕਿਉਰਿਟੀ ਜਿਹੜੀ ਹੈ ਪ੍ਰੋਪਰ ਮੌਜੂਦ ਇੱਥੇ ਹੈਗੀ ਹੈ ਅਤੇ ਹੁਣ ਜਦੋਂ ਮੈਂ ਚੈਕਿੰਗ ਕੀਤੀ ਹੈ ਦੈਨ ਐਵਰੀਥਿੰਗ ਵਾਸ ਫਾਊਂਡ ਆਊਟ ਏਰੀਆ ਕੋਈ ਨੋ ਵਹੀਕਲ ਜੀ ਜੈਸੇ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਕਿ 100 meter ਜਿਹੜਾ ਇੱਕ ਆਪਾਂ ਤੀਸਰੀ ਲੇਅਰ ਆਊਟਰ ਮੋਸਟ ਜਿਹੜਾ ਕੋਰਡਨ ਆਪਾਂ ਕਹਿੰਦੇ ਤੀਜੀ ਲੇਅਰ ਨੂੰ ਉਹਦਾ 100 meter ਪੈਰੀਫਰੀ ਅਸੀਂ ਕਰਦੇ ਹੈ ਪੈਡੈਸਟਰੀਅਨ ਜ਼ੋਨ ਮਤਲਬ ਜਿਹੜੀ ਵਹੀਕਲ ਦੀ ਪਾਰਕਿੰਗ ਸੇ ਅਸੀਂ ਨਿਯੁਕਤ ਕਰ ਚੁੱਕੇ ਹਾਂ ਆਲਰੇਡੀ ਨਕਸ਼ੇ ਜਿਹੜੇ ਹੈਗੇ ਆ ਅਸੀਂ ਕੈਂਡੀਡੇਟਸ ਨਾਲ ਸ਼ੇਅਰ ਕਰ ਚੁੱਕੇ ਹਾਂ ਪਾਰਕਿੰਗ ਦੇ ਸੋ ਦੈਟ ਉਹਨਾਂ ਦੀ ਗੱਡੀ ਉੱਥੇ ਤੱਕ ਹੀ ਆ ਸਕਦੀ ਹੈ ਉਸ ਤੋਂ ਬਾਅਦ ਉਹ ਪੈਡੈਸਟਰੀਅਨ ਜ਼ੋਨ ਬਣ ਜਾਏਗਾ ਕਿਉਂਕਿ ਕੈਂਪਸ PAU ਦਾ ਕਾਫੀ ਵੱਡਾ ਹੈ ਅਸੀਂ ਪਰ ਹਲਕਾ ਸਾਡੇ 9 ਹਲਕੇ ਹੈਗੇ ਅਸੀਂ 2 e-rickshaw ਦੀ ਫੈਸਿਲਿਟੀ ਵੀ ਇੱਥੇ ਦਿੱਤੀ ਹੋਈ ਹੈ ਜੇ ਕਿਸੇ ਨੂੰ ਔਖਾ ਲੱਗੇ ਤੁਰਨਾ ਤਾਂ ਅਸੀਂ e-rickshaw ਦੀ ਜਿਹੜੇ ਆਪਣੇ ਸਾਡੇ ਡੈਜ਼ਿਗਨੇਟਡ e-rickshaw ਹੋਣਗੇ ਉਹਦੇ ਵਿੱਚ ਉਹ ਪਰਸਨਸ ਆ ਜਾ ਸਕਦੇ ਹੈਗੇ ਹੈ ਅਤੇ ਪ੍ਰੋਪਰ ਆਈਡੈਂਟੀ ਕਾਰਡ ਅਸੀਂ ਦਿੱਤੇ ਹੋਏ ਹਾਂ ਸੋ ਦੈਟ ਕਿਸੇ ਦੀ ਮਿਕਸਿੰਗ ਨਾ ਹੋ ਜਾਵੇ ਜਿਹੜੇ ਪਰਸਨ ਦਾ ਆਈਡੈਂਟੀ ਕਾਰਡ ਜਿਸ ਹਲਕੇ ਲਈ ਬਣਿਆ ਹੈ ਅਤੇ ਜਿਹੜੇ ਟੇਬਲ ਲਈ ਬਣਿਆ ਉਹ ਉਸੇ ਟੇਬਲ ਅਤੇ ਹਲਕੇ ਦੇ ਵਿੱਚ ਬੈਠ ਸਕਦੇ ਹੈਗੇ ਇਹ ਬਹੁਤ ਹੀ ਕਲੀਅਰ ਕੱਟ ਇੰਸਟਰਕਸ਼ਨਸ ECI ਦੀਆਂ ਹੈਗੀਆਂ ਜਿਹੜੀ ਕਿ ਅਸੀਂ ਲਾਜ਼ਮੀ ਇਨਫੋਰਸ ਕਰਾਂਗੇ ਟੋਟਲ ਰਾਊਂਡਸ ਕਿੰਨੇ 141 ਰਾਊਂਡਸ ਜਿੱਦਾਂ ਮੈਂ ਦੱਸਿਆ ਸੀਗਾ 141 ਰਾਊਂਡਸ ਲੁਧਿਆਣਾ PC ਦੇ ਹੋਣਗੇ